ਅਤੇ ਉੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਗੁਰਦੁਆਰਾ ਦੀਵਾਨ ਸ੍ਰੀ ਮੰਜੀ ਸਾਹਿਬ ਵਿਖੇ ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਕਾਸ਼ ਕਰਵਾਏ ਗਏ, ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਚੌਥੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ ਆਤਿਸ਼ਬਾਜ਼ੀ ਨਹੀਂ ਕੀਤੀ ਜਾਵੇਗੀ ਅਤੇ ਦੀਪਮਾਲਾ ਵੀ ਸਿਰਫ ਸ੍ਰੀ ਦਰਬਾਰ ਸਾਹਿਬ ਵਿਖੇ ਹੋਵੇਗੀ। ਇਹ ਫੈਸਲਾ ਰੇਲ ਹਾਦਸੇ ਦੇ ਸੋਗ ਵਜੋਂ ਸ਼੍ਰੋਮਣੀ ਕਮੇਟੀ ਵੱਲੋਂ ਲਿਆ ਗਿਆ। ਦੁਸਹਿਰੇ ਦੇ ਤਿਉਹਾਰ ਦੇ ਉੱਤੇ ਇੱਕ ਬਹੁਤ ਹੀ ਦਰਦਮਈ ਭਿਆਨਕ ਰੇਲ ਹਾਦਸਾ ਹੋਇਆ ਜਿਹਦੇ ਵਿੱਚ ਤਕਰੀਬਨ 61 ਤੋਂ ਵੱਧ ਜਿਹੜੀਆਂ ਨੇ ਜਾਨਾਂ ਚਲੀਆਂ ਗਈਆਂ ਨੇ ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਜ਼ਖਮੀ ਹੋਏ ਨੇ। ਸੋ ਕਿਉਂਕਿ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿੱਥੇ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਸ ਸਮੇਂ ਦੇ ਉੱਤੇ ਵੀ ਜਾ ਕੇ ਦਿੱਤੀਆਂ ਗਈਆਂ ਔਰ ਜਿੰਨੇ ਸਾਡੇ ਮੈਡੀਕਲ ਡਾਕਟਰ ਸੀ ਉਹ ਵੀ ਮੌਕੇ 'ਤੇ ਪਹੁੰਚੇ, ਸਾਡੀਆਂ ਐਂਬੂਲੈਂਸ ਵੀ ਉੱਥੇ ਮੌਕੇ 'ਤੇ ਗਈਆਂ ਅਤੇ ਅਸੀਂ ਇਹ ਵੀ ਐਲਾਨ ਕੀਤਾ ਗਿਆ ਕਿ ਸਾਰੇ ਜਿੰਨੇ ਵੀ ਜ਼ਖਮੀ ਨੇ ਉਹਨਾਂ ਦਾ ਜਿਹੜਾ ਇਲਾਜ ਹੈ ਸਾਰਾ ਮੁਫਤ ਕੀਤਾ ਜਾਵੇਗਾ। ਸਾਡੇ ਗੁਰੂ ਰਾਮਦਾਸ ਹਸਪਤਾਲ ਵਿੱਚ ਬਹੁਤ ਸਾਰੇ ਜ਼ਖਮੀ ਜਿਹੜੇ ਨੇ ਉੱਥੇ ਆ ਕੇ ਜਿਹੜੇ ਭਰਤੀ ਹੋਏ ਨੇ। ਸੋ ਇਸੇ ਤਰ੍ਹਾਂ ਸਾਡਾ ਸੱਚਖੰਡ ਸੀ ਦਰਬਾਰ ਸਾਹਿਬ ਤੋਂ ਲੰਗਰ ਸੀ ਜਿਹੜਾ ਉਹ ਵੀ ਸਾਰੇ ਜ਼ਖਮੀਆਂ ਦੇ ਵਾਸਤੇ ਉਹਨਾਂ ਹਸਪਤਾਲਾਂ ਦੇ ਵਿੱਚ ਜਾ ਕੇ ਉਹਦੀ ਸੰਗਤ ਦੇ ਵਾਸਤੇ ਪੀੜਤ ਲੋਕਾਂ ਵਾਸਤੇ ਜਿਹੜਾ ਸੀ ਉਹ ਮੁਫਤ ਜਿਹੜਾ ਲੰਗਰ ਸੀ ਉਹ ਵੀ ਲਾਇਆ ਗਿਆ। ਇਸੇ ਤਰ੍ਹਾਂ ਕਿਉਂਕਿ ਇਹ ਨਗਰੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੀ ਵਸਾਈ ਹੋਈ ਨਗਰੀ ਹੈ, ਉਹ ਮਹਾਨ ਨਗਰੀ ਹੈ। ਸੋ ਜੋ ਵੀ ਇਹਦੇ ਵਿੱਚ ਕੋਈ ਐਸੀ ਪੀੜਾ ਹੁੰਦੀ ਹੈ ਔਰ ਉਹ ਦਰਦ ਸਾਰਿਆਂ ਨੂੰ ਸਾਨੂੰ ਸਹਿਣਾ ਕਰਨਾ ਪੈਂਦਾ ਹੈ। ਸੋ ਇਸਦੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਪਰਸੋਂ ਤੋਂ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਗਏ ਸਨ। ਸੋ ਅੱਜ ਭੋਗ ਪਾਏ ਗਏ ਨੇ ਔਰ ਉਹ ਜਿਹੜੀਆਂ ਮਨੁੱਖੀ ਜਾਨਾਂ ਚਲੀਆਂ ਗਈਆਂ ਉਹਨਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ ਗਈ ਹੈ ਔਰ ਜਿਹੜੇ ਜ਼ਖਮੀ ਨੇ ਉਹਨਾਂ ਦੀ ਸਿਹਤ ਜਾਬੀ ਲਈ ਅਸੀਂ ਰਲ ਮਿਲ ਕੇ ਸਾਰਿਆਂ ਨੇ ਅਰਦਾਸ ਕੀਤੀ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ ਉਹਨਾਂ ਦੀ ਆਤਮ ਸੁੱਖ ਸ਼ਾਂਤੀ। ਇਸੋਂ ਜੋ ਪਰਿਵਾਰ ਨੂੰ ਇੱਕ ਬਹੁਤ ਵੱਡੀ ਪੀੜਾ ਹੋਈ ਹੈ, ਬਹੁਤ ਬੜਾ ਦੁੱਖ ਹੋਇਆ, ਉਹਨਾਂ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਗੁਰੂ ਮਹਾਰਾਜ ਆਪ ਬਖਸ਼ਣ।